is South Asian Media Group, Y Media. ਗੁਰਦੀਪ ਸਿੰਘ ਖੇੜਾ ਜਿਹੜੇ ਕਿ ਬੰਦੀ ਸਿੰਘ ਸੀਗੇ, ਪਹਿਲਾਂ ਵੀ ਇਹਨਾਂ ਦੀ ਰਿਹਾਈ ਹੋਈ ਸੀਗੀ ਔਰ ਬਾਹਰ ਜਿਹੜੇ ਨੇ ਪੈਰੋਲ ਦੇ ਉੱਤੇ ਬਾਹਰ ਆਏ ਨੇ। ਸੋ ਗੁਰਦੀਪ ਸਿੰਘ ਖੇੜਾ ਬੰਦੀ ਸਿੰਘ ਦੇ ਤੌਰ ਦੇ ਉੱਤੇ ਬਹੁਤ ਲੰਮੇ ਸਮੇਂ ਤੋਂ ਜੇਲ੍ਹ ਦੀ ਸਜ਼ਾ ਕੱਟ ਰਹੇ ਨੇ। ਸੋ ਆਖਿਰਕਾਰ ਜਿਹੜੇ ਬੰਦੀ ਸਿੰਘ ਬਾਹਰ ਆਉਂਦੇ ਨੇ, ਉਹ ਆ ਕੇ ਫਿਰ ਆਪਣੇ ਵਿਚਾਰ ਵੀ ਸਾਂਝੇ ਕਰਦੇ ਨੇ ਮੀਡੀਆ ਦੇ ਨਾਲ, ਪਬਲਿਕ ਦੇ ਨਾਲ, ਕਮਿਊਨਿਟੀ ਦੇ ਨਾਲ। ਸੋ ਅੱਜ ਜਿੱਥੇ ਹਜ਼ਾਰਾਂ ਦਾ ਕੱਟ ਸੀਗਾ, ਸਟੇਜ ਤੋਂ ਖੜੇ ਹੋ ਕੇ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਆਖਿਰਕਾਰ ਕੀ ਬਿਆਨ ਦਿੱਤੇ, ਤੁਸੀਂ ਖੁਦ ਹੀ ਸੁਣ ਸਕਦੇ ਹੋ। ਤੇ ਨਾ ਮੈਂ ਝੂਠ ਬੋਲਣਾ, ਸਰਦਾਰ ਬਲਜੀਤ ਸਿੰਘ ਜੀ ਲਾਲ ਸੁਮਾ ਨੇ ਦੱਸ ਹੀ ਦਿੱਤਾ ਹੈ, ਸਾਡੇ ਸਟੈਂਟ ਪਏ, ਸਿੰਘਣੀ ਬਿਮਾਰ ਹੋਈ, ਕਿਸੇ ਨੇ ਬਾਂਹ ਨਹੀਂ ਫੜੀ। ਜਿਹੜੇ ਇੱਥੇ ਅੱਗ ਲਾ ਕੇ ਤੇ ਬਾਹਰ ਜਾ ਕੇ ਕੋਈ ਅਮੈਰੀਕਾ 'ਚ ਕੋਈ ਕੈਨੇਡਾ ਇੰਗਲੈਂਡ ਬੈਠੇ ਆ, ਉਹ ਬੰਦੀ ਸਿੰਘਾਂ ਦੇ ਨਾਂ 'ਤੇ ਪੈਸਿਆਂ ਦੇ ਢੇਰ ਇਕੱਠੇ ਕਰੀ ਜਾਂਦੇ, ਇੱਧਰ ਪਰਿਵਾਰ ਪਾਲੀ ਜਾਂਦੇ, ਉੱਧਰ ਆਰਾਮ ਮਜ਼ੇ ਲਈ ਜਾਂਦੇ ਆ। ਉਹਨਾਂ ਨੇ ਸਾਡੇ ਨਾਂ 'ਤੇ ਪੈਸੇ ਬਹੁਤ ਇਕੱਠੇ ਕੀਤੇ ਬੰਦੀ ਸਿੰਘਾਂ ਦੇ ਨਾਂ 'ਤੇ, ਪਰ ਦਿੱਤਾ ਕਿਸੇ ਨੇ ਬੰਦੀ ਸਿੰਘਾਂ ਨੂੰ ਕੱਖ ਨਹੀਂ। ਬਹੁਤ ਵੱਡੀ ਸਟੇਟਮੈਂਟ ਹੈ, ਬਹੁਤ ਵੱਡਾ ਬਿਆਨ ਹੈ, ਭਰੀ ਸਟੇਜ ਦੇ ਉੱਤੇ ਜਿੱਥੇ ਕਿ ਹਜ਼ਾਰਾਂ ਦਾ ਇਕੱਠ ਹੈ, ਉੱਥੇ ਬੰਦੀ ਸਿੰਘ ਇਹ ਗੱਲ ਕਰ ਰਹੇ ਨੇ ਕਿ ਅਮਰੀਕਾ ਕੈਨੇਡਾ ਦੇ ਵਿੱਚ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਬਹੁਤ ਸਾਰਾ ਪੈਸਾ ਇਕੱਠਾ ਕੀਤਾ ਗਿਆ ਔਰ ਕੁਛ ਨਹੀਂ ਮਿਲਿਆ ਇਹਨਾਂ ਨੂੰ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਸਿੰਘਣੀ ਹੈਗੀ ਹੈ ਔਰ ਇਹਨਾਂ ਨੂੰ ਖੁਦ ਵੀ ਟਰਬਲ ਆਈ, ਸਟਿੰਟ ਵੀ ਪਏ, ਬੜਾ ਕੁਛ ਹੋਇਆ, ਲੇਕਿਨ ਕੋਈ ਮਦਦ ਜਿਹੜੀ ਹੈ ਕਿਸੇ ਨੇ ਨਹੀਂ ਕੀਤੀ ਅਮਰੀਕਾ ਕੈਨੇਡਾ ਦੇ ਵਿੱਚ। ਬਾਹਰ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਬਹੁਤ ਸਾਰਾ ਪੈਸਾ ਜਿਹੜਾ ਉਹ ਲੋਕਾਂ ਨੇ ਇਕੱਠਾ ਕਰ ਲਿਆ ਔਰ ਆਪ ਉਹ ਮੌਜਾ ਕਰ ਰਹੇ ਆ ਔਰ ਲੋਕਾਂ ਦੇ ਧੀ ਪੁੱਤ ਮਰਾ ਕੇ ਇਹਨਾਂ ਨੂੰ ਕੁਛ ਵੀ ਨਹੀਂ ਮਿਲਿਆ। ਸਟੇਜ ਤੋਂ ਸੁਣ ਬਾਕੀ ਸਾਰੀ ਗੱਲਬਾਤ ਤੁਸੀਂ ਸੁਣ ਸਕਦੇ ਹੋ ਇਸ ਵੀਕਐਂਡ ਤੇ ਕੀ ਕਹਿ ਰਹੇ ਨੇ ਔਰ ਗੁਰਦੀਪ ਸਿੰਘ ਖੇੜਾ ਬੰਦੀ ਸਿੰਘ ਜੇਲ੍ਹ ਤੋਂ ਜਿਹੜੇ ਬਾਹਰ ਆਏ ਨੇ ਉਹ ਸਾਰੇ ਬਿਆਨ ਦੇ ਰਹੇ ਨੇ। ਜਦੋਂ ਮੈਂ ਪਹਿਲੀ ਛੁੱਟੀ ਆਇਆ, ਮੇਰੇ ਘਰ ਜਿੱਦਾਂ ਆਪਾਂ ਪੰਜਾਬੀ ਕਹਿ ਦਿੰਦੇ ਭੰਗ ਭੁੱਜਦੀ ਸੀ, ਭੰਗ ਕੱਚੇ ਕੋਠੇ। 2016 'ਚ ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਨੂੰ ਪੰਜਾਬ ਲਿਆਂਦਾ। ਸਰਦਾਰ ਸੁਖਬੀਰ ਸਿੰਘ ਬਾਦਲ ਜੀ ਗ੍ਰਹਿ ਮੰਤਰੀ ਸੀ, ਜਿੱਥੇ ਉਪ ਮੁੱਖ ਮੰਤਰੀ ਸਾਹਿਬ ਹੀ ਸੀ। ਇਹਨਾਂ ਸਾਡੀ 2016 ਦੇ 2015 'ਚ ਲਿਆਂਦਾ, 2016 'ਚ ਛੁੱਟੀ ਸ਼ੁਰੂ ਕੀਤੀ। 25 ਸਾਲਾਂ ਬਾਅਦ ਜਦੋਂ ਘਰ ਗਏ, 2017 'ਚ ਘਰਦਿਆਂ ਆਨੰਦ ਕਾਰਜ ਕੀਤਾ ਸਾਧ ਸੰਗਤ, ਅਤੇ ਵਿਆਹ ਦਾ ਜਿੱਦਣ ਪਹਿਲਾ ਦਿਨ ਸੀ, ਅਤੇ ਅਸੀਂ ਕਦੀ ਬੈੱਡ ਤੋਂ ਐਸ ਸਾਈਡ ਨੂੰ ਹੋਏ, ਕਦੀ ਬੈੱਡ ਤੋਂ ਐਸ ਸਾਈਡ ਨੂੰ ਹੋਏ, ਜਿੱਦਣ ਨੂੰ ਪਾਸਾ ਮੋੜੀ ਉੱਧਰ ਹੀ ਉੱਤੋਂ ਪਾਣੀ ਵਗੇ, ਐਂ ਜਿੱਦਾਂ ਪ੍ਰਣਾਲਾ ਚੱਲਦਾ। ਜਿਹੜੇ ਪੱਤਰਕਾਰ ਵੀ ਆਏ ਉਹਨਾਂ ਵੀ ਦੱਸਿਆ ਵੀ ਵਾਕਿਆ ਇਹ ਬੰਦੀ ਸਿੰਘ ਦਾ ਘਰ ਆ। ਅਤੇ ਸਾਧ ਸਿੰਘ ਜੀ ਦੱਸਣਾ ਚਾਹੁੰਦਾ ਅੱਜ ਦੇ ਬੰਦੀ ਸਿੰਘ ਕਿਹੜੇ ਨੇ, ਇਹ ਵਿਚਾਰ ਜ਼ਰੂਰ ਸੁਣਿਓ, ਸੱਚ ਬੋਲਣਾ। ਬਹੁਤਿਆਂ ਨੇ ਬੋਲਣਾ ਹੀ, ਬੜੇ ਕਮੈਂਟ ਪਾਉਣੇ, ਬਾਹਰ ਰੋਡੇ ਭੋਡੇ ਹੋ ਕੇ ਜਾ ਕੇ ਬੈਠੇ ਆ, ਬੜੇ ਕਮੈਂਟ ਪਾਉਂਦੇ ਆ। ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ, ਜੇ ਆਪਣੇ ਮਾਂ ਪਿਓ ਦੇ ਜਾਏ ਹੋ, ਅੱਗ ਲਾਈ ਕੁੱਤਾ ਰੂੜੀ ਤੇ ਬਾਹਰ ਜਾ ਕੇ ਬਹਿ ਗਏ ਹੋ ਕੁਰਸੀਆਂ ਮਲ ਕੇ, ਉੱਥੇ ਮੇਮਾਂ ਦੇ ਬੈੱਡਾਂ ਤੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ। ਜੇ ਮਰਦ ਦੇ ਬੱਚੇ ਹੋ, ਪੰਜਾਬ ਆਓ ਤੇ ਇੱਥੇ ਬਹਿ ਕੇ ਗੁਰਦੀਪ ਸਿੰਘ ਖੇੜੇ ਨਾਲ ਟੇਬਲ ਤੇ ਆਹਮਣੇ ਸਾਹਮਣੇ ਬਹਿ ਕੇ ਗੱਲ ਕਰੋ। ਦੂਜੀ ਗੱਲ ਸਾਧ ਸੰਗਤ ਜੀ, ਟਾਈਮ ਥੋੜ੍ਹਾ, ਪ੍ਰਧਾਨ ਸਾਹਿਬ ਨੇ ਵੀ ਬੋਲਣਾ, ਉਹਨਾਂ ਦੇ ਵਿਚਾਰ ਵੀ ਤੁਸੀਂ ਸੁਣਨੇ। ਮੈਂ ਸ਼ਾਰਟਕੱਟ ਜਾਊਂਗਾ ਥੋੜ੍ਹਾ ਜਿਹਾ, ਆ ਪੱਤਰਕਾਰਾਂ ਨੇ ਪਹਿਲਾਂ ਹੀ ਇੰਟਰਵਿਊ ਜੀ ਲੈ ਲਿਆ, ਉਹ ਤੁਹਾਨੂੰ ਸਾਰਾ ਪਤਾ ਲੱਗ ਹੀ ਜਾਣਾ। ਸਾਹਿਬ ਮੇਰੀ ਸੋਚ ਇਹ ਤੁਹਾਨੂੰ ਸੱਚ ਤੋਂ ਸੱਚ ਦੱਸ ਕੇ ਉਜਾਗਰ ਕਰਨਾ ਚਾਹੁੰਦਾ। ਪ੍ਰਧਾਨ ਸਾਹਿਬ ਜੀ ਅਤੇ ਸਮੂਹ ਸਾਧ ਸੰਗਤ ਜੀ, ਬੇਨਤੀ ਹੱਥ ਜੋੜ ਕੇ, ਕੋਈ ਡਰਨ ਦੀ ਲੋੜ ਨਹੀਂ। ਅੱਜ ਉਹ ਲੋਕ ਪਰ ਮਾਰਦੇ ਨੇ ਜਿਨ੍ਹਾਂ ਲੋਕਾਂ ਨੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ, ਦਰਬਾਰ ਸਾਹਿਬ ਤੇ ਕਬਜ਼ਾ ਕੀਤਾ, ਇੱਕ ਸਰਬੱਤ ਖਾਲਸਾ ਸੱਦਿਆ, ਉਹ 'ਚ ਆਪਣੇ ਆਪ ਨੂੰ ਜਹੇਦਾਰ ਘੋਸ਼ਿਤ ਕੀਤਾ, ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂਵਾਲਾ ਦੀ ਸ਼ਹੀਦੀ ਨੂੰ ਰੋਲਿਆ। ਸਕੇ ਭਰਾ ਨੇ, ਸਕੇ ਭਤੀਜੇ ਨੇ, ਦਰਬਾਰ ਸਾਹਿਬ ਖਲੋ ਕੇ ਸਾਰੀ ਸੰਗਤ ਦੇ ਸਾਹਮਣੇ ਝੂਠ ਬੋਲਿਆ, ਸੰਤ ਤੇ ਕਹਿੰਦਾ ਨਿਕਲ ਗਿਆ। ਉਹ ਮਰਦੇ ਗੰਬੜਾ ਬਾਬਾ ਬੰਦਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਵਰਗਾ ਯੋਧਾ ਹੈ, ਉਹ ਵੀ ਭੱਜ ਸਕਦਾ ਸੀ ਦਰਬਾਰ ਸਾਹਿਬ? ਇਹਨਾਂ ਆਪ ਹੀ ਕੂੜ ਪ੍ਰਚਾਰ ਕੀਤਾ। ਕਿੰਨੇ ਸਾਲ ਅਸੀਂ ਜ਼ੋਰ ਲਾਉਂਦੇ ਰਹੇ, ਇਹਨਾਂ ਨੇ ਉਹਨਾਂ ਦਾ ਸ਼ਹੀਦੀ ਸਮਾਗਮ ਨਹੀਂ ਹੋਣ ਦਿੱਤਾ ਅਤੇ ਸ਼ਹੀਦੀ ਆਪਣਾ ਕਰਾਰ ਨਹੀਂ ਦੇਣ ਦਿੱਤਾ। ਇਹਨਾਂ ਸਾਨੂੰ ਬਾਬਾ ਠਾਕੁਰ ਸਿੰਘ ਤੋਂ ਡਰਾ ਦੇਣਾ, ਉਹਨਾਂ ਕਹਿਣਾ ਜੇ ਇੱਦਾਂ ਕਹੋਗੇ ਤਾਂ ਆਹ ਗੱਲ ਹੋਜੂ, ਉਹਨਾਂ ਬਾਬਾ ਠਾਕੁਰ ਸਿੰਘ ਦੇ ਨਾਲ ਡਰਾ ਦੇਣਾ ਵੀ ਬਾਬਾ ਜੀ ਜੇ ਇੱਦਾਂ ਕਰਤਾ ਆਪਾਂ ਤਾਂ ਟਕਸਾਲ ਖਤਮ ਹੋ ਜਾਣੀ। ਸੱਚ ਬੋਲ ਰਿਹਾ, ਧੀਰਜ ਰੱਖਿਓ। ਉਹਨਾਂ ਲੋਕਾਂ ਨੂੰ ਪਤਾ ਨਹੀਂ, ਉਹ ਸੋਚਦੇ ਬੰਦੀ ਸਿੰਘ ਹੋਣੀ ਅਜੇ ਦੁੱਧ ਚੁੰਘਦੇ ਜਦੋਂ ਅੰਦਰ ਚਲ ਗਿਆ। ਸਭ ਕੁਝ ਕਰਕੇ ਗਏ ਹਾਂ ਅਤੇ ਵਿਖਾਵਾ ਨਹੀਂ ਕੀਤਾ। ਅੱਜ ਬੰਦੀ ਸਿੰਘਾਂ ਦੇ ਬਾਰੇ ਤੁਸੀਂ ਪਰਖ ਕਰੋ, ਅਜੇ ਘਰੋਂ ਫੜ ਕੇ ਖੜਦੇ ਆ, ਥਾਣੇ ਨਹੀਂ ਬੰਦਾ ਪਹੁੰਚਦਾ, ਅਤੇ ਵਕੀਲ ਜਿਹੜੇ ਪੈਸੇ ਖਾਂਦੇ ਨਾ, ਜਿਹਨਾਂ ਨੂੰ ਢੇਰਾਂ ਪੈਸੇ ਆਉਂਦੇ ਬਾਹਰੋਂ, ਉਹ ਕੀ ਕਹਿੰਦੇ ਆ ਇਹ ਬੰਦੀ ਸਿੰਘ? ਅਜੇ ਬੰਦਾ ਥਾਣੇ ਨਹੀਂ ਪਹੁੰਚਿਆ ਅਤੇ ਉਹਨੂੰ ਬੰਦੀ ਸਿੰਘ ਬਣਾ ਦਿੰਦੇ ਆ ਵਕੀਲ। ਅਸਲੀ ਨੌਂ ਬੰਦੀ ਸਿੰਘ ਹੈ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ ਜੀ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ, ਉਹ ਮੈਂ ਗੁਰਦੀਪ ਸਿੰਘ ਖੈੜਾ, ਉਹ ਭਾਈ ਦਵਿੰਦਰਪਾਲ ਸਿੰਘ ਜੀ ਭੁੱਲਰ, ਜਿਹੜੇ ਹਸਪਤਾਲ ਹੀ ਰਹਿੰਦੇ ਆ, ਉਹਨਾਂ ਨੂੰ ਵੇਖੋ, ਜੇਲ੍ਹ ਵੀ ਅੰਦਰ ਨਹੀਂ ਲੈਂਦੀ ਪਈ, ਬੰਦਾ ਅਨਫਿੱਟ ਆ। ਸਾਰੀਆਂ ਏਜੰਸੀਆਂ ਲਿਖਣ ਡਈਆਂ ਵੀ ਛੁੱਟੀ ਕੱਟ ਕੇ ਆਰਾਮ ਨਾਲ ਅੰਦਰ ਜਾਂਦੇ ਆ, ਇਹਨਾਂ ਤੋਂ ਕੋਈ ਖਤਰਾ ਨਹੀਂ। ਉਹਦੇ ਬਾਵਜੂਦ ਸਰਕਾਰਾਂ ਰਿਹਾ ਨਹੀਂ ਕਰਨ ਡਈਆਂ। ਔਰ ਇੱਕ ਗੱਲ ਜ਼ਰੂਰ ਧਿਆਨ ਕਰਿਓ, ਮੈਨੂੰ ਹੋਰ ਕੋਈ ਫਿਕਰ ਨਹੀਂ। ਮੈਂ ਪ੍ਰਧਾਨ ਸਾਹਿਬ ਜੀ ਤੁਹਾਨੂੰ ਬੇਨਤੀ ਕਰਦਾ, ਸੰਗਤ ਨੂੰ ਵੀ ਬੇਨਤੀ ਕਰਦਾ, ਘਬਰਾਓ ਨਾ, ਹੌਸਲੇ ਨਹੀਂ ਛੱਡੀ ਦੇ। ਜਦੋਂ ਕਣਕ ਵੱਢੀ ਦੀ ਆ, ਬੜੇ ਵਾਵਰੌਲੇ ਆਉਂਦੇ ਆ, ਇਹ ਦੋ ਹੀ ਆ। ਅਸੀਂ ਤਾਂ ਭਾਈ 1999 'ਚ 11 ਬਣਾਏ ਸੀ, 11 ਉਹ 'ਚ ਸਿਮਰਜੀਤ ਸਿੰਘ ਮਾਨ ਵੀ ਸੀ। ਜਦੋਂ ਬਣਾਇਆ ਤਾਂ ਕਹਿੰਦਾ ਮੈਂ ਤਾਂ ਵੱਡੀ ਕਿਰਪਾਨ ਲੈ ਕੇ ਅੰਦਰ ਜਾਣਾ, ਠੀਕ ਆ, ਚੰਗੀ ਗੱਲ ਹੀ। ਦੂਜਿਆਂ ਬੀਬੀ ਬਿਮਲ ਕੌਰ ਖਾਲਸਾ ਨੂੰ ਵੀ ਸਹੁੰ ਨਹੀਂ ਚੁੱਕਣ ਦਿੱਤੀ, ਬਾਪੂ ਸੁੱਚਾ ਸਿੰਘ ਨੂੰ, ਕਿਸੇ ਨੂੰ ਵੀ ਕਹਿੰਦਾ ਸਹੁੰ ਨਹੀਂ ਚੁੱਕਣੀ ਜਿੰਨਾ ਚਿਰ ਮੈਂ ਸਹੁੰ ਨਹੀਂ ਚੁੱਕੀ। ਬਾਅਦ 'ਚ ਦੂਜੀ ਵਾਰ ਬਣਿਆ, ਕਿਰਪਾਨ ਰੱਖ ਕੇ ਅੰਦਰ ਚਲ ਗਿਆ। ਹੁਣ ਜੇ ਫਿਰ ਚਲੋ ਬਣਿਆ, ਉਹ ਸਾਰਿਆਂ ਨੂੰ ਛੱਡ ਕੇ ਕਹਿੰਦਾ ਮੈਨੂੰ ਤਾਂ ਦੀਪ ਸਿੱਧੂ ਅਤੇ ਮੂਸੇਵਾਲੇ ਦੀ ਕੁਰਬਾਨੀ ਨੇ ਮੈਨੂੰ ਜਿਤਾਤਾ। ਬਾਅਦ 'ਚ ਉਹਨਾਂ ਦੇ ਉਲਟ ਹੋ ਗਿਆ, ਬਜ਼ੁਰਗ ਹੋ ਗਿਆ, ਪਤਾ ਨਹੀਂ 40 ਸਾਲ ਹੋ ਗਏ ਉਹਨੂੰ, ਖਾਲਸਾ ਦੇ ਨਾਅਰੇ ਲਾ ਕੇ ਲੋਕਾਂ ਦੇ ਪੁੱਤ ਮਰਵਾਏ। ਮੈਨੂੰ ਸਿਮਰਜੀਤ ਸਿੰਘ ਮਾਨ ਜਵਾਬ ਦੇਵੇ ਤੁਹਾਡੇ ਥਰੂ ਹੀ, ਦੇ ਦੇ ਯੂਟਿਊਬ 'ਤੇ, ਦੱਸ ਮੈਨੂੰ ਕਿਹੜਾ ਇੱਕ ਕਮਰਾ ਬਣਾ ਕੇ ਕਿੱਥੇ ਖਾਲਸਾ ਦਾ ਝੰਡਾ ਚੜ੍ਹਾਇਆ ਇਹ ਵੀ ਹੈ। ਇਹਨਾਂ ਲੋਕਾਂ ਨੇ ਜਿਹਨੂੰ ਭਾਈ ਜਸਵੀਰ ਸਿੰਘ ਰੋਡੇ ਕਹਿੰਦੇ ਆ, ਪਾਵਰ ਬੜੀਆ, ਹੋ ਸਕਦਾ ਮੇਰੀ ਛੁੱਟੀ ਕੈਂਸਲ ਕਰਾ ਦੇ। ਅੱਜ ਬੰਦੀ ਸਿੰਘਾਂ ਨੂੰ ਰਿਹਾ ਹੋਣ ਨਹੀਂ ਦੇ ਰਹੇ ਤੇ ਕੌਣ ਨਹੀਂ ਦੇ ਰਹੇ? ਸੁਣਿਓ ਸਾਧ ਸੰਗੀ, ਮਾਫ ਕਰਨਾ ਸਟੇਜ ਤੋਂ ਜੇ ਟਾਈਮ ਥੋੜਾ ਜਿਆਦਾ ਲੱਗ ਜੇ। ਵਕਤ ਗੁਰਦੀਪ ਸਿੰਘ ਖੇੜਾ, ਬੰਦੀ ਸਿੰਘ ਬਾਹਰ ਆਏ ਨੇ ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਇਕੱਠ ਹੋਇਆ, ਔਰ ਉਹਦੇ ਵਿੱਚ
ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰਸ ਵੀ ਬੈਠੇ ਨੇ, SGPC ਦੇ ਬੜੇ ਸੀਨੀਅਰ ਲੀਡਰ ਬੈਠੇ ਨੇ, ਔਰ ਉਹਨਾਂ ਨੇ ਬਹੁਤ ਕੁਝ ਬਿਆਨ ਕਰ ਦਿੱਤਾ ਆਪਣੇ ਇਸ ਬਿਆਨਾਂ ਦੇ ਵਿੱਚ। ਸਾਰਾ ਕੁਝ ਤੁਸੀਂ ਸੁਣ ਰਹੇ ਹੋ, ਅਲੱਗ ਅਲੱਗ ਮੀਡੀਆ ਦੇ ਵਿੱਚ ਇੰਟਰਵਿਊਜ਼ ਉਹਨਾਂ ਦੇ ਆ ਰਹੇ ਨੇ, ਅਲੱਗ ਅਲੱਗ ਜਿਹੜੇ ਚੈਨਲ ਦੇ ਉੱਤੇ ਸਾਰਾ ਕੁਝ ਦਿਖਾਇਆ ਜਾ ਰਿਹਾ, ਤੁਸੀਂ ਵੀ ਦੇਖ ਸਕਦੇ ਹੋ ਲਾਈਵ, ਕਈ ਚੈਨਲਸ ਨੇ ਵੀ ਕਵਰ ਕੀਤਾ ਹੈਗਾ। ਸੋ ਬਹੁਤ ਵੱਡੇ ਕੱਟ ਦੇ ਵਿੱਚ ਜਿਹੜੇ ਸਾਰੇ ਸਵਾਲ ਪੁੱਛੇ ਜਾ ਰਹੇ ਨੇ, ਸੋ ਇਹਦਾ ਕੀ ਜਵਾਬ ਹੈ ਇਹ ਤੇ ਕਮਿਊਨਿਟੀ ਦੇਗੀ, ਲੇਕਿਨ ਅਸੀਂ ਸਿਰਫ ਜੋ ਬਿਆਨ ਉਹ ਦੇ ਰਹੇ ਨੇ ਤੁਹਾਡੇ ਲਈ ਅਸੀਂ ਸ਼ੇਅਰ ਕਰ ਰਹੇ ਹਾਂ। ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।